ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਾਡੇ ਪਰਮ ਸਿਲਾਈ ਸਿਖਲਾਈ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਪਲੇਟਾਂ ਦੇ ਉੱਪਰ ਗੁੰਮ ਕੱਪੜਾ ਜਿਹੜਾ ਆਪਾਂ ਕਿਵੇਂ ਲਗਾਉਂਦੇ ਹਾਂ ਉਸ ਬਾਰੇ ਦੱਸਾਂਗੇ। ਤੁਸੀਂ ਵੀਡੀਓ ਨੂੰ ਜ਼ਰੂਰ ਪੂਰਾ ਵੇਖਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਕੱਪੜਾ ਲਗਾਉਣ ਵਾਸਤੇ ਪਲੇਟਾਂ ਦੇ ਉੱਪਰ ਆਪਾਂ ਕੱਪੜੇ ਨੂੰ ਆਪਾਂ ਆਪਣੇ ਜਿਸ ਤਰ੍ਹਾਂ ਕੱਪੜੇ ਉਹਦੀ ਪਲੇਟ ਦੀ ਲੰਬਾਈ ਆ ਉਹਦੇ ਮੁਤਾਬਕ ਕੱਪੜਾ ਜਿਹੜਾ ਆਪਾਂ ਲੈ ਲਿਆ। ਚੁੜਾਈ ਦੀ ਜਿਹੜੀ 2 ਇੰਚ ਜਿਹੜੀ ਆਪਾਂ ਕੱਟੀ ਹੈ ਪੀਸ ਦੀ, ਇਸ ਤਰ੍ਹਾਂ ਆਪਾਂ 4 ਪਲੇਟ ਪਾਵਾਂਗੇ, 2 ਅਗਲੇ 2 ਪਿਛਲੇ, ਇੱਦਾਂ 4 ਪੀਸ ਜਿਹੜੇ ਆਪਾਂ ਕੱਟ ਲਏ ਨੇ। ਹੁਣ ਆਪਾਂ ਤੁਹਾਨੂੰ ਲਗਾਉਣਾ ਦੱਸਦੇ ਹਾਂ ਕਿਵੇਂ ਆਪਾਂ ਕੱਪੜੇ ਨੂੰ ਰੱਖ ਕੇ ਪਲੇਟ ਨੂੰ ਕਿਵੇਂ ਆਪਾਂ ਗੁੰਮ ਕਰਕੇ ਸਿਲਾਈ ਲਗਾਉਂਦੇ ਹਾਂ। ਲਓ ਜੀ, ਕੱਪੜੇ ਦੇ ਉੱਪਰ ਆਪਣੇ ਪਲੇਟਾਂ ਦੇ ਨਿਸ਼ਾਨ ਜਿਹੜੇ ਲੱਗੇ ਨੇ, ਦੇਖੋ ਪਲੇਟ ਦਾ ਨਿਸ਼ਾਨ ਆ। ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਹਨੂੰ ਪਲੇਟ ਨੂੰ ਸੈਂਟਰ ਦੇ ਵਿੱਚੋਂ ਫੜ ਕੇ ਇਸ ਤਰ੍ਹਾਂ ਦੀ ਇੱਕ ਤਰੀਜ ਬਣਾ ਲਾਂਗੇ। ਇਸ ਤਰ੍ਹਾਂ ਇੱਕ ਜਿਹੜੀ ਤਰੀਜ ਆਪਾਂ ਬਣਾ ਲੈਣੀ ਜਿਹਦੇ ਨਾਲ ਆਪਣਾ ਕੱਪੜਾ ਜਿਹੜਾ ਸੈੱਟ ਹੋ ਜਾਏਗਾ। ਦੇਖੋ ਤਰੀਜ ਆਪਣੇ ਕੋਲ ਬਣ ਗਈ ਆ। ਇਸ ਤਰ੍ਹਾਂ ਇਹਨੂੰ ਰੱਖਾਂਗੇ ਆਪਾਂ। ਇਹ ਆਪਣਾ ਇੱਕ ਪੀਸ ਆਪਾਂ ਲੈ ਲਿਆ ਸਿਲਾਈ ਜਿਹੜੀ ਇੱਦਾਂ ਸੈਂਟਰ ਦੇ ਵਿੱਚੋਂ ਰੱਖ ਕੇ ਕੱਪੜੇ ਦੇ। ਨਹੀਂ ਤਾਂ ਤੁਸੀਂ ਇਸ ਤਰ੍ਹਾਂ ਦੇਖ ਲੈਣਾ ਆਪਣੇ ਕੋਲ ਕਿੰਨਾ ਕੱਪੜਾ ਆ ਰਿਹਾ, ਇੱਕ ਕੱਟ ਲਗਾ ਲਓ ਚਾਹੇ। ਹੁਣ ਇੱਥੋਂ ਤੁਸੀਂ ਇਹਨੂੰ ਸੈਂਟਰ ਦੇ ਵਿੱਚੋਂ ਕੱਟ ਦੇ ਨਾਲ ਜਿਹੜਾ ਰੱਖਿਆ ਇੱਥੋਂ ਆਪਾਂ ਪਲੇਟ ਜਿਹੜਾ ਸਿਲਾਈ ਲਗਾਉਣੀ ਜਿਹੜੀ ਸ਼ੁਰੂ ਕਰਾਂਗੇ ਪਲੇਟ ਦੀ। ਸਭ ਤੋਂ ਪਹਿਲਾਂ ਜਿਵੇਂ ਆਪਾਂ ਪਲੇਟ ਦੀ ਜਿਹੜੀ ਆਪਾਂ ਸ਼ੇਪ ਦਿੰਦੇ ਹਾਂ ਐਵੇਂ ਦੀ ਸਿਲਾਈ ਜਿਹੜੀ ਆ ਪਲੇਟ ਦੇ ਸ਼ੇਪ ਦੇ ਵਿੱਚ ਆਪਾਂ ਸਿਲਾਈ ਜਿਹੜੀ ਲਗਾਉਣੀ ਸ਼ੁਰੂ ਕਰਾਂਗੇ। ਸਿਲਾਈ ਜਿਹੜੀ ਆਪਣੀ ਹੁਣ ਆਪਣੀ ਲੱਗਣੀ ਸ਼ੁਰੂ ਹੋ ਚੱਲੀ ਆ। ਦੇਖੋ ਇਹ ਆਪਣਾ ਸੈਂਟਰ ਆ ਗਿਆ ਜਿੱਥੋਂ ਆਪਾਂ ਪਲੇਟ ਦੀ ਜਿਹੜੀ ਸ਼ੇਪ ਜਿਹੜੀ ਆ ਦੇਵਾਂਗੇ। ਇੱਥੋਂ ਹੁਣ ਆਪਾਂ ਪਲੇਟ ਨੂੰ ਫਿਰ ਆਪਾਂ ਘਟਾਉਣਾ ਸ਼ੁਰੂ ਕਰ ਦਾਂਗੇ। ਜਿਵੇਂ ਪਲੇਟ ਦਾ ਆਪਾਂ ਆਮ ਸਿਲਾਈ ਲਗਾਉਂਦੇ ਹਾਂ ਉਵੇਂ ਹੀ ਲਗਾਵਾਂਗੇ। ਪਲੇਟ ਦੀ ਜਿਹੜੀ ਆਪਾਂ ਸ਼ੇਪ ਜਿਹੜੀ ਪੂਰੀ ਸਿਲਾਈ ਲਗਾ ਕੇ ਇਹਦਾ ਕੰਪਲੀਟ ਕਰ ਲਾਂਗੇ। ਲਓ ਜੀ, ਸਿਲਾਈ ਜਿਹੜੀ ਆਪਣੀ ਲੱਗ ਗਈ ਆ। ਸਿਲਾਈ ਨੂੰ ਕੱਢਾਂਗੇ ਇੱਥੋਂ ਆਪਾਂ ਬਾਹਰ। ਸਿਲਾਈ ਜਿਹੜੀ ਆਪਣੀ ਬਹੁਤ ਵਧੀਆ ਲੱਗੀ ਆ। ਇਹ ਆਪਾਂ ਇਕੱਠਾ ਵੀ ਕੱਪੜਾ ਲਗਾ ਸਕਦੇ ਲੇਕਿਨ ਜਿਹੜੀ ਆਪ ਨੂੰ ਸਮਝ ਆ ਜਾਵੇ ਇਸ ਕਰਕੇ ਆਪਾਂ ਸਿਲਾਈ ਜਿਹੜੀ ਆ ਪਹਿਲਾਂ ਲਗਾਈ ਆ। ਸੇਮ ਸਿਲਾਈ ਜਿੱਦਾਂ ਪਲੇਟ ਦੀ ਸ਼ੇਪ ਦਿੱਤੀ ਉੱਦਾਂ ਹੀ ਸਿਲਾਈ ਲਗਾ ਲੈਣੀ ਆ। ਉਸ ਤੋਂ ਬਾਅਦ ਵਿੱਚ ਜਿਹੜਾ ਆਪਣਾ ਇਹ ਕੱਪੜਾ ਬਚਦਾ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ। ਫੋਲਡ ਕਰਕੇ ਆਪਾਂ ਦੂਸਰੀ ਸਾਈਡ ਤੋਂ ਜਿਹੜੀ ਇਹ ਸਿਲਾਈ ਲੱਗੀ ਆ ਇਸ ਸਿਲਾਈ ਦੇ ਉੱਪਰ ਆਪਾਂ ਸਿਲਾਈ ਜਿਹੜੀ ਆ ਦੁਬਾਰਾ ਲਗਾ ਦਾਂਗੇ। ਲਓ ਜੀ, ਦੂਸਰੀ ਸਿਲਾਈ ਵੀ ਜਿਹੜੀ ਆਪਣੀ ਲੱਗ ਗਈ ਹੈ। ਇਸ ਤਰ੍ਹਾਂ ਆਪਣੇ ਪਲੇਟ ਦੀ ਜਿਹੜੀ ਹੈ ਗੁੰਮ ਸਿਲਾਈ ਜਿਹੜੀ ਲੱਗ ਗਈ ਹੈ। ਇਸ ਤਰ੍ਹਾਂ ਹੀ ਆਪਾਂ ਦੂਸਰੀ ਸਿਲਾਈ ਜਿਹੜੀ ਲਗਾਵਾਂਗੇ। ਪਹਿਲਾਂ ਇਸ ਤਰ੍ਹਾਂ ਪਲੇਟ ਦੀ ਜਿਹੜੀ ਆਪਾਂ ਤਰੀਜ ਬਣਾ ਲੈਣੀ ਹੈ। ਦੂਸਰਾ ਪੀਸ ਲਵਾਂਗੇ ਕੱਪੜੇ ਦਾ। ਇਸ ਤਰ੍ਹਾਂ ਇਹਦੇ ਸੈਂਟਰ ਦਾ ਜਿਹੜਾ ਇੱਕ ਨਿਸ਼ਾਨ ਲਗਾ ਲਓ। ਇੱਥੋਂ ਹੀ ਪਲੇਟ ਨੂੰ ਆਪਾਂ ਇਸ ਨਿਸ਼ਾਨ ਨੂੰ ਸੈਂਟਰ ਦੇ ਨਿਸ਼ਾਨ ਨਾਲ ਰੱਖ ਕੇ ਪਲੇਟ ਦੀ ਜਿਹੜੀ ਸ਼ੇਪ ਜਿਹੜੀ ਆਪਾਂ ਦੇ ਕੇ ਉਸ ਹਿਸਾਬ ਨਾਲ ਸਿਲਾਈ ਲਗਾ ਲਾਂਗੇ ਪਲੇਟ ਦੀ ਸ਼ੇਪ ਵਿੱਚ। ਇਹਦੀ ਵੀ ਇੱਕ ਸਿਲਾਈ ਲੱਗ ਗਈ ਆ। ਇਸ ਤਰ੍ਹਾਂ ਹੀ ਕੱਪੜੇ ਨੂੰ ਇੱਦਾਂ ਪਲਟ ਕੇ ਦੂਸਰੀ ਸਿਲਾਈ ਵੀ ਲਗਾ ਲਾਂਗੇ। ਲਓ ਜੀ, ਦੋਨੋਂ ਸਿਲਾਈਆਂ ਜਿਹੜੀਆਂ ਆਪਣੀਆਂ ਦੋਨਾਂ ਸਾਈਡਾਂ ਦੇ ਪਲੇਟਾਂ ਦੇ ਉੱਪਰ ਲੱਗ ਗਈਆਂ ਨੇ, ਬਹੁਤ ਵਧੀਆ ਸਿਲਾਈਆਂ ਲੱਗੀਆਂ ਨੇ। ਇਹ ਜਦੋਂ ਆਪਾਂ ਸਿਲਕੀ ਸੂਟ ਸੀਨੇ ਆ ਉਹਨਾਂ ਦੇ ਵਿੱਚ ਪਲੇਟ ਜਿਹੜੇ ਆਪਾਂ ਇਸ ਤਰ੍ਹਾਂ ਹੀ ਕਵਰ ਕਰਦੇ ਹਾਂ।
ਉਮੀਦ ਕਰਦੇ ਅੱਜ ਦੀ ਵੀਡੀਓ ਪਸੰਦ ਆਏਗੀ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਧੰਨਵਾਦ।